ਸਥਾਨਕ ਸ਼ਹਿਰ ਪਾਤੜਾ ਦੇ ਕਾਹਨਗੜ੍ਹ ਰੋਡ 'ਤੇ ਚੱਲ ਰਹੇ ਸੜਕ ਦਾ ਕੰਮ ਠੇਕੇਦਾਰ ਵੱਲੋਂ ਲੇਟ ਕਰਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ। ਇਸ ਸੰਬੰਧੀ ਅੱਜ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਸ ਰੋਡ ਦਾ ਕੰਮ ਅੱਜ ਤੋਂ 3 ਕੁ ਮਹੀਨੇ ਪਹਿਲੇ ਆਰੰਭ ਕੀਤਾ ਸੀ, ਪਰ ਥੋੜ੍ਹਾ ਜਿਹਾ ਕੰਮ ਚਲਾ ਕੇ ਠੇਕੇਦਾਰ ਵੱਲੋਂ ਕੰਮ ਨੂੰ ਬਹੁਤ ਹੀ ਘੱਟ ਕੰਮ ਕੀਤਾ ਹੈ। ਸੜਕ 'ਤੇ ਥਾਂ ਥਾਂ 'ਤੇ ਪਏ ਰੋੜੇ ਬਜਰੀ ਰੇਤਾਂ ਦੇ ਢੇਰ ਕਾਰਨ ਲੋਕ ਪਰੇਸ਼ਾਨ ਨੇ ਅਤੇ ਕਈ ਵਾਰ ਇਹਨਾਂ ਕਰਕੇ ਹਾਦਸਾ ਵੀ ਵਾਪਰ ਚੁੱਕਿਆ ਹੈ। ਜਦੋਂ ਇਸ ਸੰਬੰਧੀ ਨਗਰ ਕੌਂਸਲ ਸੰਪਰਕ ਕੀਤਾ ਗਿਆ ਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਸੜਕ ਦਾ ਕੰਮ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਅਸ਼ੋਕ ਕੁਮਾਰ ਜੀ, ਅੱਛਾ ਕਿਹੜੀ ਜਗ੍ਹਾ ਜੀ? ਇਹ ਕਾਹਨਗੜ੍ਹ ਰੋਡ ਜੀ। ਅੱਛਾ ਜੀ, ਕੀ ਮਸਲਾ ਜੀ ਇੱਥੇ ਜੀ? 1.5-2 ਮਹੀਨੇ ਤੋਂ ਇਹ ਸੜਕ ਬਣਾਉਣ ਵਾਸਤੇ ਕੰਮ ਚੱਲਿਆ ਜੀ, ਲੇਕਿਨ ਇਹ ਕੰਮ ਵਿਚਾਲੇ ਹੀ ਛੱਡ ਕੇ ਠੇਕੇਦਾਰ ਵੀ ਭੱਜ ਗਿਆ, ਦੋ ਭੱਜ ਗਈ ਜਿਹਦੇ ਵਿੱਚ ਠੇਕੇਦਾਰ, ਅਤੇ ਜਿਹੜਾ ਠੇਕੇਦਾਰ ਜੀ ਇੱਥੇ ਮਤਲਬ ਕਮਲ ਠੇਕੇਦਾਰ ਹੈ ਜੀ, ਉਹਨੂੰ 100 ਫੋਨ ਮੈਂ ਕਰ ਚੁੱਕਿਆ, ਉਹ ਫੋਨ ਨਹੀਂ ਚੱਕ ਰਿਹਾ ਹੈਗਾ। ਜੇਈ ਨੂੰ ਫੋਨ ਮੈਂ ਕਰ ਚੁੱਕਿਆ, ਈਓ ਨੂੰ ਫੋਨ ਮੈਂ ਕਰ ਲਏ, ਉਹ ਕਹਿੰਦਾ ਹਾਂ ਜੀ ਕਰਵਾ ਦੇਣਾ ਜੀ, ਬਸ ਹੁਣ ਆਉਂਦੇ ਬੰਦੇ ਇੱਥੋਂ ਜਾਂਦੇ ਨੇ ਸੜਕ ਵੱਜਦੀ ਇਕੱਠੀ ਕਰਦੇ ਨੇ ਜੀ ਇਹ, ਅਤੇ ਲੰਘ ਜਾਂਦੇ, 4 ਗੱਡੀਆਂ ਆਉਂਦੇ ਨੇ ਫਿਰ ਵੱਜਦੀ ਵਿਚਾਲੇ ਜੀ। ਇਸ ਵਾਰਡ ਦਾ ਜਿਹੜਾ ਕੌਂਸਲਰ ਹੈ ਜੀ, ਕੀ ਨਾਮ ਉਹਨਾਂ ਦਾ? ਅੰਮ੍ਰਿਤ ਜੀ, ਆਪਣਾ ਓਮ ਸ਼ਾਂਤੀ ਅੰਮ੍ਰਿਤ। ਅੱਛਾ, ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜੀ? ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਜੀ, ਕਿ ਤਾਂ ਸਾਡਾ ਕੰਮ ਨਹੀਂ ਹੈਗਾ, ਜਿਹਦਾ ਉਹਦਾ ਨਗਰ ਕੌਂਸਲ ਦਾ ਕੰਮ ਹੈ ਜੀ, ਸਾਡਾ ਕੋਈ ਉਹੀ ਹੁੰਦਾ ਜੀ, ਅਸੀਂ ਕੋਈ ਗੱਲਬਾਤ ਹੁੰਦੀ ਹੈ। ਓਕੇ, ਹਾਂਜੀ, ਕੀ ਨਾਮ ਹੈ ਸਰ ਆਪਣਾ? ਮੇਰਾ ਨਾਮ ਬਿਰਸ਼ਕਰਨ ਬੁਜ਼ੁਰਗ। ਹਾਂਜੀ, ਅਤੇ ਪਿਛਲੇ 1 ਮਹੀਨਾ ਪਹਿਲਾਂ ਪਾਤੜਾ ਸ਼ਹਿਰ ਦੀ ਕਾਹਨਗੜ੍ਹ ਰੋਡ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਠੇਕੇਦਾਰ ਵੱਲੋਂ ਥੋੜ੍ਹਾ ਜਿਹਾ ਕੰਮ ਚਾਲੂ ਕਰਕੇ ਸਾਰਾ ਕੰਮ ਵਿਚਾਲੇ ਛੱਡ ਦਿੱਤਾ ਗਿਆ। ਇੱਥੋਂ ਤੱਕ ਕਿ ਬਹੁਤ ਸਾਰੇ ਬਜਰੀ ਦੇ ਰੇਤੇ ਦੇ ਵੱਡੇ ਵੱਡੇ ਢੇਰ ਇਹ ਸੜਕ ਦੇ ਉੱਤੇ ਲੱਗੇ ਹੋਏ ਨੇ, ਕਈ ਵਾਰੀ ਹਾਦਸੇ ਵੀ ਹੋ ਚੁੱਕੇ ਨੇ, ਪਰ ਠੇਕੇਦਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਰਵਾਈ ਨਹੀਂ ਕੀਤੀ ਜਾ ਰਹੀ। ਸੋ ਮੈਂ ਪੰਜਾਬ ਸਰਕਾਰ ਕੋਲੋਂ ਆਪਦੇ ਵੱਲੋਂ ਜ਼ੋਰਦਾਰ ਮੰਗ ਕਰਦਾ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਜਲਦੀ ਜਲਦੀ ਪੂਰਾ ਕੀਤਾ ਜਾਵੇ। ਇਹ ਜਿਹੜਾ ਜੀ ਸੜਕ ਦਾ ਕੰਮ ਸ਼ੁਰੂ ਕਰਿਆ, ਚੋਣ ਜ਼ਾਬਤੇ ਦੇ ਵਿੱਚ ਲਾਗੂ ਸ਼ੁਰੂ ਕੀਤਾ ਗਿਆ, ਚੋਣ ਜ਼ਾਬਤਾ ਬਣਨ ਤੋਂ ਪਹਿਲਾਂ ਕਰਿਆ ਸੀਗਾ? ਇਹ ਕੰਮ ਆ ਜਿਹੜਾ ਚੋਣਾਂ ਦੇ ਵਿੱਚ ਸ਼ੁਰੂ ਕੀਤਾ ਸੀ ਇਹਨਾਂ ਨੇ, ਤਾਂ ਕਿ ਬਹੁਤ ਵੱਡੇ ਪੱਧਰ ਦੇ ਵੋਟਾਂ ਬਣਾਉਂਦੀਆਂ ਜਾ ਸਕਣ, ਪਰ ਵੋਟਾਂ ਖੇਡਣ ਤੋਂ ਬਾਅਦ ਠੇਕੇਦਾਰ ਵੀ, ਪ੍ਰਸ਼ਾਸਨ ਵੀ ਅਤੇ ਹੋਰ ਕੋਈ ਵੀ ਅਧਿਕਾਰੀ ਇੱਥੇ ਕਦੇ ਵੀ ਨਹੀਂ ਆਇਆ। ਸੋ ਅਸੀਂ ਮੰਗ ਕਰਦੇ ਹਾਂ ਕਿ ਇਸ ਸੜਕ ਦਾ ਕੰਮ ਜਿਹੜਾ ਜਲਦੀ ਜਲਦੀ ਪੂਰਾ ਕੀਤਾ ਜਾਵੇ। ਜਾਣੀ ਕਿ ਇਹਨਾਂ ਨੇ ਚੋਣਾਂ ਦੇ ਦੌਰਾਨ ਇਹ ਸਿਰਫ ਇੱਕ ਵਿਖਾਵਾ ਕਰਕੇ ਲੋਕਾਂ ਨੂੰ ਆਪਣੇ ਕਨੀ ਕਰਨ ਵਾਸਤੇ ਵੋਟ ਬੈਂਕ ਵਧਾਉਣ ਵਾਸਤੇ ਸ਼ੁਰੂ ਕੀਤਾ ਸੀਗਾ? ਹਾਂ, ਸਿਰਫ ਇਹ ਜਿਹੜੇ ਕੰਮ ਦੀ ਸ਼ੁਰੂਆਤ ਹੈ, ਸਿਰਫ ਆਪਦਾ ਵੋਟ ਬੈਂਕ ਵਧਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਉਸ ਤੋਂ ਬਾਅਦ ਇੱਥੇ ਕੋਈ ਵੀ ਸੁਣਵਾਈ ਨਹੀਂ ਹੋਈ, ਰੇਤਾਂ ਉਸੇ ਤਰ੍ਹਾਂ ਖੜਿਆ ਹੋਇਆ। ਸੋ ਬਹੁਤ ਸਾਰੀ ਲੋਕਾਂ ਨੂੰ ਮਤਲਬ ਕਿ ਪਰੇਸ਼ਾਨੀ ਆ ਰਹੀ ਹੈ। ਸੋ ਮੈਂ ਆਪਦੇ ਵੱਲੋਂ ਜ਼ੋਰਦਾਰ ਮੰਗ ਕਰਦਾ ਕਿ ਇਸ ਸਮੱਸਿਆ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ। ਇਸ